ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਆਪਣੇ ਚੈਨਲ ਯੂਟਿਊਬ ਫਾਰਮਰ 'ਤੇ ਤੁਹਾਡਾ ਸਵਾਗਤ ਹੈ। ਅਤੇ ਅੱਜ 2 ਮਈ ਇੱਕ ਤਾਜ਼ਾ ਅਪਡੇਟ ਮੌਸਮ ਦੀ ਲੈ ਕੇ ਹਾਜ਼ਰ ਹੋਏ ਹਾਂ। ਇੱਕ ਪੱਛਮੀ ਸਿਸਟਮ ਜੋ ਕਿ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਉੱਤੇ ਬਣਿਆ ਹੋਇਆ ਸੀ, ਉਹ ਅਚਾਨਕ ਹੀ ਪੱਛਮੀ ਹਵਾਵਾਂ ਦੇ ਜ਼ੋਰ ਨਾਲ ਪੰਜਾਬ ਵਿੱਚ ਦਾਖਲ ਹੋ ਗਿਆ ਹੈ। ਅਤੇ ਜਿਸ ਦੇ ਸਿੱਟੇ ਵਜੋਂ ਅੱਜ ਸਵੇਰ ਤੋਂ ਅੰਮ੍ਰਿਤਸਰ, ਇਸ ਤੋਂ ਇਲਾਵਾ ਜਲੰਧਰ, ਹੁਸ਼ਿਆਰਪੁਰ ਅਤੇ ਇਹਨਾਂ ਇਲਾਕਿਆਂ ਉੱਤੇ ਬੱਦਲਬਾਈ ਬਣੀ। ਇਹ ਅਤੇ ਜਿਸ ਤੋਂ ਬਾਅਦ ਇਹ ਬੱਦਲਬਾਈ ਅੱਗੇ ਵੱਧਦੀ ਹੋਈ ਲੁਧਿਆਣਾ, ਇਸ ਤੋਂ ਬਾਅਦ ਬਠਿੰਡਾ, ਫਰੀਦਕੋਟ ਦਾ ਏਰੀਆ, ਬਰਨਾਲੇ ਦਾ ਥੋੜ੍ਹਾ ਜਿਹਾ ਭਾਗ ਅਤੇ ਇਹਨਾਂ ਇਲਾਕਿਆਂ ਵਿੱਚ ਇਹ ਬੱਦਲਬਾਈ ਬਣੀ। ਅਤੇ ਜੇ ਛੋਟੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਦਰਾਹਾ, ਖੰਨਾ, ਸਮਰਾਲਾ, ਇਸ ਤੋਂ ਬਾਅਦ ਸਰਹਿੰਦ, ਰੂਪਨਗਰ ਅਤੇ ਇਹਨਾਂ ਇਲਾਕਿਆਂ ਵਿੱਚ ਵੀ ਬੱਦਲਬਾਈ ਬਣੀ। ਹਾਲਾਂਕਿ ਇਹ ਬੱਦਲਬਾਈ ਕੋਈ ਖਾਸ ਮੀਂਹ ਨਾਲ ਨਹੀਂ, ਇਸ ਵਿੱਚ ਜੋ ਮੀਂਹ ਦੀ ਮਾਤਰਾ ਹੈ ਉਹ ਤਕਰੀਬਨ ਹਲਕੀ ਹੀ ਹੋਵੇਗੀ ਅਤੇ ਕਈ ਇਲਾਕਿਆਂ 'ਤੇ ਇੱਕ ਅਦੁੱਕਾ ਥਾਵਾਂ 'ਤੇ ਛਿੱਟੇਦਾਰ ਵਰਖਾ ਪੈ ਸਕਦੀ ਹੈ, ਪਰ ਇਸ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਹ ਜੋ ਬੱਦਲ ਹੈ ਅੱਗੇ ਪੱਛਮੀ ਹਵਾਵਾਂ ਦੇ ਨਾਲ ਹੀ ਹਰਿਆਣੇ ਅਤੇ ਪਟਿਆਲੇ ਵੱਲ ਹੁੰਦਾ ਹੋਇਆ ਇਸ ਤੋਂ ਬਾਅਦ ਅੱਗੇ ਨਿਕਲ ਜਾਵੇਗਾ। ਇਸ ਦੇ ਨਾਲ ਨਾਲ ਅੱਜ 2 ਤਰੀਕ ਸ਼ਾਮ ਦੇ ਵੇਲੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਗਰਜ ਚਮਕ ਨਾਲ ਹਨੇਰੀਆਂ ਅਤੇ ਤੇਜ਼ ਹਵਾਵਾਂ ਆ ਸਕਦੀਆਂ ਹਨ ਅਤੇ ਸ਼ਾਮ ਦੇ ਵੇਲੇ ਹਰਿਆਣੇ ਅਤੇ ਆਪਣੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਉੱਤੇ ਵੀ ਵਰਖਾ ਹੋ ਸਕਦੀ ਹੈ। ਸੋ ਕੱਲ੍ਹ ਦੁਪਹਿਰ ਤੋਂ ਬਾਅਦ ਇਹ ਸਿਸਟਮ ਅੱਗੇ ਨਿਕਲ ਜਾਵੇਗਾ ਅਤੇ ਇਸ ਤੋਂ ਬਾਅਦ ਮੌਸਮ ਵਿੱਚ ਕੁਝ ਸੁਧਾਰ ਹੋਵੇਗਾ ਅਤੇ 3 ਤਰੀਕ ਸ਼ਾਮ ਦੇ ਵੇਲੇ ਫਿਰ ਤੋਂ ਬੱਦਲਬਾਈ ਬਣਨ ਦੇ ਆਸਾਰ ਹਨ। ਇਸ ਤੋਂ ਜੋ ਅਗਲੀ ਅਪਡੇਟ ਹੋਵੇਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਧੰਨਵਾਦ।